ਥਾਣੇ 'ਚ ਲੱਗੇ ਭੁੱਕੀ ਦੇ ਅੰਬਾਰ। ਪੁਲਿਸ ਨੇ ਫੜੀ ਟਰੱਕ ਭਰ ਕੇ ਭੁੱਕੀ। 20-20 ਕਿਲੋ ਦੇ ਬੋਰਿਆਂ 'ਚ ਭਰੀ ਹੋਈ ਸੀ 21 ਕੁਇੰਟਲ ਭੁੱਕੀ। ਤਾਂ ਚੋਣ ਜ਼ਾਬਤਾ ਚੱਲ ਰਹੀ ਹੈ ਜਿਸ ਦੌਰਾਨ ਪੁਲਿਸ ਨੂੰ ਵੱਡੀ ਪਕੜ ਬਰਾਮਦ ਹੋਈ ਆ। ਦਰਅਸਲ ਇੱਕ ਟਰੱਕ ਜਿਸ ਦਾ ਨੰਬਰ ਹਰਿਆਣੇ ਦਾ ਏ, ਇਸ ਟਰੱਕ ਦੇ ਅੰਦਰ 21 ਕੁਇੰਟਲ ਭੁੱਕੀ ਭਰੀ ਸੀ। ਜੀ ਹਾਂ, 21 ਕੁਇੰਟਲ ਭੁੱਕੀ ਹੈ। ਜਿਹੜੇ ਬੋਰੇ ਤੁਸੀਂ ਥਾਣੇ ਦੇ ਅੰਦਰ ਪਏ ਹੋਏ ਦੇਖ ਰਹੇ ਹੋ, ਇਹਨਾਂ ਬੋਰਿਆਂ ਦੇ ਵਿੱਚ ਕੋਈ ਆਟਾ, ਦਾਲ ਜਾਂ ਕੁਛ ਸਬਜ਼ੀਆਂ ਨਹੀਂ, ਇਸ ਦੇ ਅੰਦਰ ਭੁੱਕੀ ਭਰੀ ਹੋਈ ਆ। ਜੀ ਹਾਂ, ਉਹੀ ਨਸ਼ਾ ਜੋ ਪੰਜਾਬ ਨੂੰ ਹੌਲੀ ਹੌਲੀ ਕਰਕੇ ਬਰਬਾਦ ਕਰ ਰਿਹਾ ਹੈ। ਚਿੱਟੇ ਦੇ ਨਾਲ ਨਾਲ ਭੁੱਕੀ ਦਾ ਨਸ਼ਾ ਵੀ ਕਾਫੀ ਜ਼ਿਆਦਾ, ਜਿਹੜੇ ਲੋਕ ਨੇ ਪੰਜਾਬ ਦੇ ਉਹ ਇਸਦਾ ਸੇਵਨ ਕਰਦੇ ਨੇ। ਕਈ ਲੋਕ, ਕਈ ਵਾਰ ਇਹ ਛੋਟੀ ਮਾਤਰਾ ਦੇ ਵਿੱਚ ਫੜੀ ਜਾਂਦੀ ਹੈ, ਪਰ ਐਸੀ ਐਡੀ ਜ਼ਿਆਦਾ ਮਾਤਰਾ ਦੇ ਵਿੱਚ ਹੈਰਾਨ ਨੇ ਲੋਕ, ਹੈਰਾਨ ਨੇ ਪੁਲਿਸ ਵਾਲੇ ਕਿ ਕਿਵੇਂ ਖੁੱਲ੍ਹੇਆਮ ਟਰੱਕ ਵਾਲਾ ਆਟਾ ਦੱਸ ਕੇ ਭੁੱਕੀ ਲੈ ਕੇ ਜਾ ਰਿਹਾ ਸੀ। ਬੋਰੇ ਦੇਖੋ, ਇੰਜ ਜਾਪਦਾ ਹੈ ਕਿ ਜਿਵੇਂ ਆਟੇ ਦੇ ਬੋਰੇ ਹੋਣ, ਇਸ ਦੇ ਅੰਦਰ ਤੂੜੀ ਭਰੀ ਹੋਈ ਹੋਵੇ, ਪਰ ਇਸ ਆਟਿਆਂ ਦੇ ਬੋਰੇ ਅੰਦਰ ਭੁੱਕੀ ਭਰੀ ਹੋਈ ਸੀ। 1 ਕਿਲੋ ਨਹੀਂ, 2 ਕਿਲੋ ਨਹੀਂ, ਕਿਲੋਆਂ ਦੀ ਤਾਂ ਗੱਲ ਹੀ ਛੱਡ ਦਿਓ, ਕੁਇੰਟਲ, ਉਹ ਵੀ 1 ਕੁਇੰਟਲ ਨਹੀਂ, 2 ਕੁਇੰਟਲ ਨਹੀਂ, 21 ਕੁਇੰਟਲ, ਯਾਨੀ ਕਿ 2100 ਕਿਲੋ ਭੁੱਕੀ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਰਨਾਲਾ ਦੇ ਧਨੌਲਾ ਕਸਬੇ ਦੀਆਂ, ਜਿੱਥੇ ਨਾਕਾਬੰਦੀ ਪੁਲਿਸ ਨੇ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਇੱਕ ਟਰੱਕ ਨੂੰ ਰੋਕਿਆ ਗਿਆ ਜਿਸਦਾ ਨੰਬਰ ਹਰਿਆਣੇ ਦਾ ਸੀ। ਟਰੱਕ ਨੂੰ ਜਦੋਂ ਰੋਕਿਆ, ਚੈਕਿੰਗ ਕੀਤੀ, ਪਹਿਲਾਂ 1 ਬੋਰੀ ਖੋਲ੍ਹੀ, ਦੂਜੀ, ਤੀਜੀ, ਫਿਰ ਪੂਰਾ ਟਰੱਕ ਜਦ ਛਾਣਬੀਨ ਕੀਤੀ ਗਈ ਤਾਂ 20-20 ਕਿਲੋ ਦੀ ਬੋਰੀਆਂ ਦੇ ਅੰਦਰ 21 ਕੁਇੰਟਲ ਭੁੱਕੀ ਭਰੀ ਹੋਈ ਸੀ। ਆਓ ਪੁਲਿਸ ਦੇ ਵੱਡੇ ਅਧਿਕਾਰੀ ਕੋਲ ਜਾਣਕਾਰੀ ਹਾਸਲ ਕਰਦੇ ਹਾਂ ਕਿ ਟਰੱਕ ਕਿਸ ਦੇ ਨਾਲ ਸੰਬੰਧਿਤ ਹੈ, ਕਿਸ ਦੇ ਨਾਮ 'ਤੇ ਹੈ ਇਹ ਟਰੱਕ, ਅਤੇ ਕਿਹੜੇਲੇ ਪਾਸਿਓਂ ਇਹ ਆ ਰਿਹਾ ਸੀ, ਕਿਹੜੇ ਸੂਬੇ ਦੇ ਵਿੱਚੋਂ ਪੰਜਾਬ ਦੇ ਅੰਦਰ 21 ਕੁਇੰਟਲ ਭੁੱਕੀ ਆਈ। ਜੀ, ਜਿੱਦਾਂ ਤੁਹਾਨੂੰ ਪਤਾ ਹੈ, MCC ਇਜ਼ ਇਨ ਫੋਰਸ ਐਂਡ ਐਜ਼ ਪਰ ਦੀ ਡਾਇਰੈਕਸ਼ਨਸ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਂਡ DGP ਪੰਜਾਬ, ਪੰਜਾਬ ਪੁਲਿਸ ਐਂਟੀ ਡਰੱਗ ਕੈਂਪੇਨ ਚੱਲ ਰਿਹਾ ਹੈਗਾ। ਬਰਨਾਲਾ ਪੁਲਿਸ ਵੱਲੋਂ ਵੀ ਡਰੱਗਸ ਦੇ ਖਿਲਾਫ਼ ਲਗਾਤਾਰ ਮੁਹਿੰਮ ਜਾਰੀ ਹੈ। ਉਹਦੇ ਤਹਿਤ ਹੀ ਸਾਡੀ ਟੀਮ, ਜਿਹਨੂੰ ਕਿ ਲੀਡ ਕਰ ਰਹੇ ਸੀਗੇ ਸਾਡੇ SPD ਸੰਦੀਪ ਮਨ ਜੀ ਐਂਡ ਉਹਨਾਂ ਦੇ ਨਾਲ DSPD ਰਜਿੰਦਰ ਪਾਲ ਜੀ, DSP ਬਰਨਾਲਾ ਸਤਵੀਰ ਸਿੰਘ, ਇੰਚਾਰਜ ਸਪੈਸ਼ਲ ਬ੍ਰਾਂਚ ਇੰਸਪੈਕਟਰ ਬਲਜੀਤ ਸਿੰਘ ਐਂਡ ਇੰਚਾਰਜ CIA ਸਬ ਇੰਸਪੈਕਟਰ ਯਸ਼ਪਾਲ, ਉਹਨਾਂ ਦੀ ਟੀਮਸ ਨੂੰ ਅੱਛੀ ਉਪਲਬਧੀ ਮਿਲੀ ਹੈ। ਇੱਕ ਇਨਫੋਰਮੇਸ਼ਨ ਬੇਸਿਸ 'ਤੇ ਉਹਨਾਂ ਨੇ ਇੱਕ ਟਰੱਕ ਨੂੰ ਰੋਕਿਆ ਸੀਗਾ ਧਨੌਲੇ, ਕੱਲ੍ਹ ਦੀ ਵਾਰਦਾਤ ਹੈ। ਉਹਦੇ ਮੱਦੇਨਜ਼ਰ ਅਸੀਂ FIR ਵੀ ਦਰਜ ਕੀਤੀ ਹੋਈ ਹੈ NDPS ਐਕਟ ਦੇ ਤਹਿਤ। ਉਹਦੇ ਵਿੱਚੋਂ ਜੋ ਟਰੱਕ ਅਸੀਂ ਫੜਿਆ ਹੈਗਾ, ਇਹ ਹਰਿਆਣਾ ਰਜਿਸਟਰਡ ਟਰੱਕ ਹੈ। ਉਹਨੂੰ ਜਦੋਂ ਚੈੱਕ ਕੀਤਾ ਗਿਆ, ਉਹਦੇ ਵਿੱਚੋਂ 105 ਬੋਰੀਆਂ, ਜੋ ਕਿ ਵੇਇੰਗ ਅਰਾਊਂਡ 20 kgs ਈਚ, ਜੋ ਕਿ ਬਣਦਾ ਹੈਗਾ 2100 kg, 21 ਕੁਇੰਟਲ ਭੁੱਕੀ ਚੂਰਾ ਪੋਸਟ OP ਹਸਕ ਅਸੀਂ ਬਰਾਮਦ ਕੀਤੀ ਹੈ, ਜੋ ਕਿ ਇੱਕ ਹੈਵੀ ਕਮਰਸ਼ੀਅਲ ਕੁਆਂਟਿਟੀ ਹੈ। ਜੋ ਇਹ ਐਕਿਊਜ਼ ਅਸੀਂ ਫੜਿਆ ਹੈਗਾ, ਵਿਕਰਮ ਕੁਮਾਰ ਹੈਗਾ, ਸਿਰਸਾ ਹਰਿਆਣੇ ਦਾ ਰਹਿਣ ਵਾਲਾ, ਜੋ ਕਿ ਇਹਨੂੰ ਚਲਾ ਰਿਹਾ ਸੀਗਾ। ਹਾਲ ਕੀ ਘੜੀ ਜੀ ਜੋ ਇਹਦੀ ਅਸੀਂ ਪਤਾ ਕੀਤਾ, ਇੰਟੈਰੋਗੇਸ਼ਨ ਜੋ ਪ੍ਰੀਲਿਮਨਰੀ, ਇਹ ਜੋ ਟਰੱਕ ਇਹ ਸਮਾਨ ਲੈ ਕੇ ਆ ਰਿਹਾ ਸੀਗਾ, ਇਹ ਰਾਜਸਥਾਨ ਤੋਂ ਕੰਸਾਈਨਮੈਂਟ ਚੱਲੀ ਸੀਗੀ। ਅੱਗੇ ਅਸੀਂ ਬੈਕਵਰਡ ਅਤੇ ਫੋਰਵਰਡ ਲਿੰਕੇਜਿਸ ਅਸਟੈਬਲਿਸ਼ ਕਰਾਂਗੇ ਕਿ ਇਹ ਸਮਾਨ ਜਾਣਾ ਕਿੱਥੇ ਸੀਗਾ ਅਤੇ ਕਿੰਨੇ ਭੇਜਿਆ ਅਤੇ ਐਗਜੈਕਟ ਇਹਦਾ ਓਰੀਜਨ ਕਿੱਥੇ ਸੀਗਾ। ਮਾਰਕੀਟ ਵੈਲਿਊ ਜੀ ਅਸੀਂ ਅਸੈਸ ਕਰਕੇ ਦੱਸ ਦਾਂਗੇ, ਬਟ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਰਾਊਂਡ 2100 kg
ਪੋਪੀ ਹਸਕ ਹੈਗਾ ਤਾਂ ਕਾਫੀ ਹੈਵੀ ਕਮਰਸ਼ੀਅਲ ਕੁਆਂਟਿਟੀ ਬਣਦੀ ਹੈ। ਹਾਲ ਕੀ ਘੜੀ ਐਸ ਦਾ ਅਕਿਊਜ਼ ਬਿਲੋਂਗਸ ਟੂ ਹਰਿਆਣਾ, ਹਾਲ ਕੀ ਘੜੀ ਸਾਨੂੰ ਇਹਦਾ ਕੋਈ ਇੱਦਾਂ ਕ੍ਰਿਮੀਨਲ ਪਾਸ ਨਹੀਂ ਮਿਲਿਆ। ਉਹੀ ਅਸੀਂ ਜੀ ਅਭੀ ਤੋਂ ਫਿਲਹਾਲ ਫੜਿਆ ਹੀ ਹੈਗਾ, ਅਸੀਂ ਇਹਨੂੰ ਪੇਸ਼ ਕਰਕੇ ਮਾਲ ਮੁਕਦਮਾ ਸਾਰਾ ਪੇਸ਼ ਕਰਕੇ ਰਿਮਾਂਡ ਲਵਾਂਗੇ ਅਤੇ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਵੀ ਬੈਕਗਰਾਊਂਡ ਕੀ ਹੈਗਾ, ਕਿਵੇਂ ਉਹਨਾਂ ਦੇ ਕੋਂਟੈਕਟ 'ਚ ਆਇਆ, ਕੌਣ ਇਹਦੇ ਹੋਰ ਇਸ ਕੌਨਸਪਿਰੇਸੀ ਇਸ ਐਕਟ ਦੇ ਵਿੱਚ ਇਹਦੇ ਸਾਥੀ ਹੈਗੇ। ਦੇਖੋ ਇਲੈਕਸ਼ਨ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸਿਆ, ਜਿੱਦਾਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੀ ਹਦਾਇਤ ਹੈਗੀ, ਅਸੀਂ ਸਾਰੇ ਹੀ ਸਾਰੇ ਤਾਂ ਕਿ ਇੱਕ ਫਰੀ ਐਂਡ ਫੇਅਰ ਇਲੈਕਸ਼ਨ ਕਰਾਈ ਜਾ ਸਕੇ, ਇਸ ਕਰਕੇ ਨਸ਼ਿਆਂ ਦੇ ਖਿਲਾਫ ਸਾਡੀ ਮੁਹਿੰਮ ਜਾ ਰਹੀ ਹੈ। ਉਹਦੇ ਮੱਦੇਨਜ਼ਰ ਹੀ ਇਹ ਕਾਫੀ ਵੱਡੀ ਖੇਪ, ਛੋਟੀ ਵੀ ਅਸੀਂ ਹਰ ਰੋਜ਼ ਐਕਸਾਈਜ਼ ਦੇ NDPS ਦੇ ਰਿਕਵਰੀ ਸਾਡੀ ਹੁੰਦੀ ਰਹਿੰਦੀ ਹੈ ਛੋਟੀ ਛੋਟੀ, ਬਟ ਇਹ ਕਾਫੀ ਵੱਡੀ ਹੈਵੀ ਕਮਰਸ਼ੀਅਲ ਕੁਆਂਟਿਟੀ ਹੈ, ਵਨ ਆਫ ਦੀ ਬਿਗੈਸਟ। ਇਹ ਜੀ ਅੱਗੇ ਜਿੱਦਾਂ ਕਿ ਕਾਫੀ ਤੁਹਾਨੂੰ ਪਤਾ ਹੀ ਹੈ, ਇੱਥੇ ਲਾਗੇ ਜੋ ਡਿਸਟ੍ਰਿਕਟਸ ਹੈ ਉਹਦੇ ਵਿੱਚ ਜਾਣੀ ਸੀਗੀ, ਸਪੈਸੀਫਿਕਸ ਅਸੀਂ ਜਦੋਂ ਇੰਟਰੋਗੇਸ਼ਨ ਕਰਾਂਗੇ ਫਿਰ ਅੱਜ।